ਤੂਫਾਨ ਸਿੰਘ। ਤੂਫਾਨ ਸਿੰਘ ਤੁਸੀਂ ਹਿਸਾਬ ਲਾ ਲਿਆ ਹੋਣਾ ਕਿ ਅੱਜ ਦੀ ਵੀਡੀਓ ਫਿਰ ਤੂਫਾਨ ਹੀ ਹੈ, ਨਿਹੰਗ ਸਿੰਘ ਹੈ। ਅਤੇ ਅੱਜ ਉਹਦੀ ਸਪੀਚ ਹੈ, ਪਹਿਲੇ ਆਪਾਂ ਸਪੀਚ ਸੁਣਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ। ਅਤੇ ਫੇਸਬੁੱਕ ਦਾ ਇੱਕ ਨਵਾਂ ਪੇਜ ਹੈ ਸਾਹਮਣੇ ਆਉਂਦੇ ਆ, ਪੀਕੇ ਮੁਸਲਿਮ ਰਿਐਕਟ, ਫੇਸਬੁੱਕ 'ਤੇ ਜਾਓ, ਸਰਚ ਕਰੋ ਅਤੇ ਸਾਡੇ ਪੇਜ ਨੂੰ ਫਾਲੋ ਕਰੋ। ਸੋ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ। ਗੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਆ, ਜਿਹੜਾ ਗੱਜ ਕੇ ਫਤਿਹ ਬੁਲਾਉਂਦਾ ਉਸਦੇ ਵੱਲ ਮੇਰਾ ਮੁੱਖ ਹੁੰਦਾ, ਜਿਹੜਾ ਢਿੱਲੀ ਫਤਿਹ ਬੁਲਾਉਂਦਾ ਉਹਦੇ ਵੱਲ ਮੇਰੀ ਪਿੱਠ ਹੁੰਦੀ ਆ। ਸੋ ਆਪਾਂ ਗੁਰੂ ਸਾਹਿਬ ਦਾ ਮੁੱਖ ਆਪਣੇ ਵੱਲ ਕਰਾਉਣਾ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਭਾਈ ਸੰਦੀਪ ਸਿੰਘ, ਦੀਪ ਸਿੱਧੂ ਵੀਰ ਜੀ ਦੇ ਬਰਸੀ 'ਤੇ ਇਕੱਤਰ ਹੋਏ ਹਾਂ। ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਵੀ ਤਿਆਰ ਪਰ ਤਿਆਰ ਹੋਵਾਂ, ਅੰਮ੍ਰਿਤਧਾਰੀ ਸਿੰਘ ਸਜਾਂ, ਅਤੇ ਹਕੂਮਤ ਨੂੰ ਉਹਦੇ ਤੋਂ ਪਹਿਲਾਂ ਹੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਚੰਗੇ ਕਰਮ ਕੌਮ ਦੇ ਲਈ ਜਿਹੜੇ ਉਹਨਾਂ ਦੇ ਬਚਨ ਉਹਨਾਂ ਤੋਂ ਪਤਾ ਲੱਗ ਗਿਆ ਸੀਗਾ, ਅਤੇ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕਰਾ ਦਿੱਤਾ। ਸੋ ਉਹਨਾਂ ਦੇ ਮਨ ਦੀ ਇੱਛਾ ਸੀਗੀ ਕਿ ਮੈਂ ਤਿਆਰ ਪਰ ਤਿਆਰ ਹੋਵਾਂ, ਅੰਮ੍ਰਿਤ ਛਕਾਂ, ਅਸੀਂ ਉਹਨਾਂ ਦੇ ਭਰਾ ਵਾਂ, ਸਾਡੇ ਫਰਜ਼ ਬਣਦੇ ਨੇ, ਉਹਨਾਂ ਦੀ ਇੱਛਾ ਅਸੀਂ ਪੂਰਨ ਕਰੀਏ। ਅਤੇ ਜਿਹੜੇ ਜਿਹੜੇ ਮੇਰੇ ਬਚਨ ਸੁਣਦੇ ਨੇ, ਨੌਜਵਾਨਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਸਾਡੇ ਭਰਾ ਨੇ, ਜਿਹੜੇ ਜਿਨ੍ਹਾਂ ਨੇ ਦੀਪ ਸਿੱਧੂ ਵੀਰ ਜੀ ਨੇ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਆ, ਉਹਨਾਂ ਦੇ ਮਨ ਦੀ ਇੱਛਾ ਸੀਗੀ ਕਿ ਮੈਂ ਅੰਮ੍ਰਿਤ ਛਕਾਂ, ਹੁਣ ਉਹਨਾਂ ਦੇ ਮਨ ਦੀ ਇੱਛਾ ਆਪ ਜੀ ਨੇ ਪੂਰਨ ਕਰਨੀ ਆ। ਅਤੇ ਮੈਂ ਇਹੀ ਕਹੂੰਗਾ ਕਿ ਸਾਰਿਆਂ ਨੇ ਅੰਮ੍ਰਿਤ ਛਕੋ, ਤਿਆਰ ਪਰ ਤਿਆਰ ਹੋਵੋ। ਅਤੇ ਵੀਰ ਜੀ ਨੇ ਗੱਲ ਕਹੀ ਕਿ 10,000 ਰੁਪਏ ਮੇਰੇ ਉੱਤੇ ਇਨਾਮ ਰੱਖਿਆ, ਅਤੇ ਮੈਂ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ 10,000 ਦਾ ਤਾਂ ਨਵਾਂ ਸਾਈਕਲ ਵੀ ਨਹੀਂ ਆਉਂਦਾ ਵਧੀਆ, ਘੱਟ ਤੋਂ ਘੱਟ 5,00,000 ਰੁਪਏ ਦਾ ਇਨਾਮ ਰੱਖੋ। ਜੋਸ਼ ਦੇਖੋ, ਮੈਨੂੰ ਫੜਾਉਣ ਕਰਕੇ ਕਿਸੇ ਦਾ ਘਰ ਤੇ ਬਣੇ ਗਰੀਬ ਦਾ। ਸੋ ਇਹ ਸਰਕਾਰਾਂ ਜਿਹੜੀਆਂ ਸਿੱਖਾਂ ਦੇ ਮੁੱਲ ਪਾਉਂਦੀਆਂ, ਇਹ ਹੁਣ ਦੀ ਸਰਕਾਰ ਨਹੀਂ, ਪੁਰਾਣੇ ਸਮਿਆਂ ਤੋਂ ਪਾਉਂਦੀ ਆ ਰਹੀ ਆ। ਪਰ ਸਿੱਖ ਪੰਥ ਦਾ ਵੀ ਇੱਕ ਆਪਣਾ ਇਤਿਹਾਸ ਆ ਕਿ ਇਹ ਕਿਸੇ ਦੇ ਗੁਲਾਮ ਨਹੀਂ ਰਹੀ, ਆਪਣੇ ਹੱਕਾਂ ਲਈ ਟਾਈਮ ਟਾਈਮ ਤੇ ਖੜੋਂਦੀ ਰਹੀ ਆ ਤੇ ਖੜੋਂਦੀ ਰਹੂਗੀ, ਤੇ ਹੁਣ ਵੀ ਖੜੋਤੇ ਆ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਮੋਰਚਾ ਲੱਗਾ ਵਾ, ਉੱਥੇ ਸਾਰੇ ਆਪਣੀ ਸ਼ਮੂਲੀਅਤ ਕਰਦੇ ਨੇ। ਉੱਥੇ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਰਿਸ ਪੰਜਾਬ ਦੇ, ਉਹਨਾਂ ਨੇ ਉੱਥੇ ਪੱਕਾ ਡੇਰਾ ਲਾਇਆ ਵਾ। ਉੱਥੇ ਉਹਨਾਂ ਦੀ ਵੱਧ ਚੜ੍ਹ ਕੇ ਜਿਹੜੀ ਉੱਥੇ ਨਵੇਂ ਨਸ਼ਾ ਛਡਾਉਣ ਵਾਸਤੇ ਸਾਰਾ ਪ੍ਰਬੰਧ ਕੀਤਾ ਵਾ। ਸੋ ਮੈਂ ਇੱਕ ਸਟੇਜ ਤੋਂ ਇਹ ਵੀ ਬੇਨਤੀ ਕਰੂੰਗਾ ਕਿ ਬੰਦੀ ਸਿੰਘ ਮਹਾਰਾਜ ਦਾ ਬਚਨ ਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਪੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਹਜ਼ਾਰਾਂ ਵਿੱਚੋਂ ਸਾਡੇ ਬੰਦੀ ਸਿੰਘ ਨੇ, ਤੇ ਉਹ ਹਜ਼ਾਰਾਂ ਵਿੱਚੋਂ ਅਸੀਂ ਆ, ਉਹ ਹਜ਼ਾਰਾਂ ਵਿੱਚੋਂ ਤੁਸੀਂ ਬੈਠੇ ਹੋ। ਸੋ ਅਸੀਂ ਆਪਣਾ ਫਰਜ਼ ਸਮਝੀਏ, ਆਪਣਾ ਫਰਜ਼ ਸਮਝ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉੱਥੇ ਜਾ ਕੇ ਬਹੀਏ, ਉੱਥੇ ਜਾ ਕੇ ਸਰਕਾਰਾਂ ਨੂੰ ਕਹੀਏ ਕਿ ਸਾਡੀ ਬੰਦੀ ਸਿੰਘ ਰਿਹਾ ਕਰੋ। ਆਪਣੇ ਫਰਜ਼ ਸਮਝੀਏ, ਸਾਡੇ ਫਰਜ਼ ਨੇ, ਕੌਮ ਪ੍ਰਤੀ ਫਰਜ਼ ਨੇ, ਘਰ ਪ੍ਰਤੀ ਫਰਜ਼ ਸਾਰੇ ਨਿਭਾਉਂਦੇ ਨੇ। ਜੇ ਇੱਕ ਪੁੱਤ ਨੂੰ ਕਹੀਏ ਤੂੰ ਕੰਮ ਕਰਦਾ ਆ ਤੇ ਪੈਸੇ ਕਮਾਉਂਦਾ ਆ ਕਿ ਆਪਣੇ ਘਰਦਿਆਂ ਨੂੰ ਕਿਉਂ ਦਿੰਦਾ, ਉਹਦਾ ਅੱਗੋਂ ਜਵਾਬ ਹੁੰਦਾ ਕਿ ਇਹ ਮੇਰਾ ਫਰਜ਼ ਆ ਕਿ ਮੈਂ ਆਪਣੇ ਘਰਦਿਆਂ ਨੂੰ, ਉਹਨਾਂ ਨੇ ਮੈਨੂੰ ਪਾਲਿਆ ਵਾ, ਕਿ ਤੁਹਾਡਾ ਕੌਮ ਪ੍ਰਤੀ ਕੋਈ ਫਰਜ਼ ਨਹੀਂ। ਆਪਣੇ ਫਰਜ਼ ਨੂੰ ਪਛਾਣੋ। ਮੈਂ ਜੇ ਸਿੱਖੀ ਸਰੂਪ ਦੇ ਵਿੱਚ ਆਇਆ ਵਾ ਤੇ ਮੈਂ ਆਪਣੇ ਫਰਜ਼ ਨੂੰ ਪਛਾਣਦਿਆਂ ਹੋਇਆ, ਜਿੱਥੇ ਕੌਮ ਦੀ ਗੱਲ ਹੁੰਦੀ, ਪੰਥ ਦੀ ਗੱਲ ਹੁੰਦੀ ਆ, ਉੱਥੇ ਮੈਂ ਜਾਂਦਾ ਆ, ਕਿਉਂਕਿ ਮੈਨੂੰ ਪਤਾ ਵਾ ਕਿ ਮੇਰੇ ਫਰਜ਼ ਕੀ ਨੇ। ਤੁਸੀਂ ਆਪਣੇ ਫਰਜ਼ ਪਛਾਣੋ ਕਿ ਤੁਹਾਡੇ ਫਰਜ਼ ਕੀ ਨੇ। ਮੈਂ ਇੰਨੀ ਕੁ ਬੇਨਤੀ ਕਰਕੇ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਫਤਿਹ ਗੱਜ ਕੇ ਨਹੀਂ, ਮੈਂ ਸ਼ੁਰੂਆਤ 'ਚ ਕਿਹਾ ਸੀ ਤੁਹਾਨੂੰ ਕਿ ਫਤਿਹ ਦੀ ਆਵਾਜ਼ ਗੂੰਜ ਕੇ ਆਉਣੀ ਚਾਹੀਦੀ ਆ। ਫਤਿਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਆ, ਇਹਨੂੰ ਗੂੰਜ ਕੇ ਆਉਣੀ ਚਾਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਫਾਨ ਸਿੰਘ, ਨਿਹੰਗ ਸਿੰਘ, ਤੂਫਾਨ ਸਿੰਘ ਤਾਂ ਫਿਰ ਤੂਫਾਨ ਸਿੰਘ ਹੀ ਹੈ। ਬਿਲਕੁਲ ਸਹੀ ਗੱਲਾਂ ਕਰਨ ਦਿਆ ਸੀਗਾ। ਬਾਕੀ ਮੈਨੂੰ ਤਾਂ ਇਹਨਾਂ ਦੀਆਂ ਗੱਲਾਂ, ਇਹਨਾਂ ਦੀ ਸਪੀਚ, ਜਿਹੜਾ ਇਹਨਾਂ ਦੇ ਗੱਲ ਕਰਨ ਦਾ ਤਰੀਕਾ, ਇਸ ਤਰ੍ਹਾਂ ਹੁੰਦਾ ਕਿ ਬੰਦੇ ਨੂੰ ਜੋਸ਼ ਜਿਹਾ ਨਹੀਂ ਇੱਕ ਆ ਜਾਂਦਾ, ਇੱਕ ਅੰਦਰੋਂ ਜਜ਼ਬਾ ਆ ਜਾਂਦਾ, ਅਤੇ ਬਿਲਕੁਲ ਸਹੀ ਗੱਲਾਂ ਕਰਨ ਦਿਆ। ਬਿਲਕੁਲ ਸਹੀ ਗੱਲਾਂ ਕੀਤੀਆਂ ਉਹਨੇ,
ਅਤੇ ਸਭ ਤੋਂ ਜਿਹੜੀ ਮੈਨੂੰ ਉਹਦੀ ਵਧੀਆ ਗੱਲ ਇਹ ਲੱਗੀ ਕਿ ਜਿਹੜਾ ਉਹਨੇ ਆਖਿਆ ਨਾ ਕਿ 10,000 ਰੁਪਈਆ ਸਰਕਾਰ ਨੇ ਨਾਮ ਰੱਖਿਆ, ਉਹ 10,000 ਦੇ ਅੱਜ ਦੇ ਦੌਰ ਦੇ ਵਿੱਚ ਕੋਈ ਸਾਈਕਲ ਨਹੀਂ ਆਉਂਦੀ, ਸਾਈਕਲ ਨਹੀਂ ਆਉਂਦੀ, ਉਹਨਾਂ ਨੂੰ 5,00,000 'ਤੇ ਇਨਾਮ ਰੱਖਣਾ ਚਾਹੀਦਾ ਸੀ। ਉਹ ਬਿਲਕੁਲ ਸਹੀ ਗੱਲ ਕੀਤੀ ਕਿ ਕਿਸੇ ਗਰੀਬ ਦਾ ਭਲਾ ਤਾਂ ਹੋਵੇ, ਉਹਦਾ ਮਕਾਨ ਤਾਂ ਬਣੇ, ਕਿ ਉਹ ਮੈਨੂੰ ਪੜਵਾਵੇ ਵੀ ਅਤੇ ਬਣੇ ਵੀ ਉਹਦਾ ਕੱਖ ਨਾ, ਤਾਂ ਫਾਇਦਾ ਕੀ ਹੋਇਆ। ਉੱਥੇ ਭਾਈ ਸਰਕਾਰ ਨੇ ਕਿਹਾ ਕਿ ਜਿਹੜਾ ਇਸ ਮੁੰਡੇ ਦੇ ਬਾਰੇ ਦੱਸੇਗਾ ਉਹਨੂੰ 10,000 ਰੁਪਈਆ ਇਨਾਮ ਦਿੱਤਾ ਜਾਏਗਾ। ਉਹ ਬਿਲਕੁਲ ਸਹੀ ਗੱਲ ਕੀਤੀ, ਉਹਦਾ 5,00,000 ਹੋਣਾ ਚਾਹੀਦਾ ਤਾਂ ਉਹਦਾ ਕੋਈ ਭਲਾ ਤਾਂ ਹੋ ਜਾਵੇ ਬੰਦੇ, ਉਹਦਾ ਮਕਾਨ ਤਾਂ ਬਣੇ ਅਗਲੇ ਅਗਲੇ। ਲੇਕਿਨ ਇਹਦੇ ਵਿੱਚ ਤੁਸੀਂ ਉਹਦੀ ਸੋਚ ਚੈੱਕ ਕਰੋ, ਯਾਰ ਜੋਸ਼ ਨਾ ਡਰ, ਇੱਕ ਨਿਡਰ ਹੋ ਕੇ ਕਹਿ ਰਿਹਾ, ਉੱਤੋਂ ਸੋਚ ਚੈੱਕ ਕਰੋ ਕਿ ਆਪਣੇ ਆਪ ਨੂੰ ਫੜਾਉਣ 'ਤੇ ਵੀ ਉਹ ਚਾਹ ਰਿਹਾ ਕਿ ਕਿਸੇ ਦਾ ਭਲਾ ਹੀ ਹੋ ਜਾਵੇ। ਕਿਆ ਬਾਤ ਹੈ, 15 ਸਾਲ ਦੀ ਉਮਰ ਅਤੇ ਜੋਸ਼ ਜਜ਼ਬਾ ਸੋਚ ਅਤੇ ਹੌਸਲਾ, ਬਾਕੀ ਬੜੀ ਜ਼ਬਰਦਸਤ ਚੀਜ਼ ਹੈ। ਦੀਪ ਸਿੱਧੂ ਦੀ ਬਰਸੀ ਸੀਗੀ, ਦੀਪ ਸਿੱਧੂ ਨੂੰ ਯਾਦ ਕਰਨ ਦੇ ਹੈ। ਦੀਪ ਸਿੱਧੂ ਅੱਜ ਵੀ ਖਾਸ ਤੌਰ 'ਤੇ ਮੈਨੂੰ ਨਹੀਂ ਨਾ ਭੁੱਲਦਾ, ਅਤੇ ਮੈਂ ਉਹਦੀਆਂ ਸਪੀਚਾਂ ਸੁਣੀਆਂ ਵਾ, ਮੈਂ ਦੇਖਿਆ ਸੀ ਉਹਨੂੰ, ਬਹੁਤ ਜ਼ਬਰਦਸਤ ਹਈਏ ਵੀ ਮੈਨੂੰ ਯਾਦ ਸੀਗਾ ਕਿ ਜਦੋਂ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ, ਜਦੋਂ ਦੀਪ ਸਿੱਧੂ ਸ਼ਹੀਦ ਹੋਇਆ, ਅਤੇ ਕਈ ਸਿੱਖਾਂ ਨੇ ਮੈਨੂੰ ਫੋਨ ਕਰ ਕਰਕੇ ਰੋਂਦੇ ਸੀਗੇ, ਅਤੇ ਮੈਨੂੰ ਖੁਦ ਨਹੀਂ ਸੀ ਯਕੀਨ ਆਉਂਦਿਆ ਕਿ ਯਾਰ ਦੀਪ ਸਿੱਧੂ ਵਾਕਈ ਚਲਾ ਗਿਆ। ਫਿਰ ਮੈਂ ਦੇਖਿਆ, ਫੋਨ ਕੱਢ ਕੇ ਦੇਖਿਆ, ਅਤੇ ਵਾਕਈ ਖਬਰ ਆਉਂਦੀ ਹੀ ਸੀ। ਬਾਕੀ ਅੱਜ ਲੋਕ ਦੀਪ ਸਿੱਧੂ ਨੂੰ ਯਾਦ ਕਰਦੇ ਆ, ਉਹਨੂੰ ਅੱਜ ਉਹਦੀ ਇੱਕ ਗੱਲ ਨੂੰ ਯਾਦ ਕਰਦੇ ਕਿ ਯਾਰ ਉਹ ਵਾਕਈ ਜਿਹੜੀ ਗੱਲ ਕਹਿ ਗਿਆ ਨਾ ਹੁਣ ਤੱਕ ਸੱਚੀਆਂ ਹੀ ਆਉਂਦੀਆਂ, ਸੱਚੀਆਂ ਹੋ ਰਹੀਆਂ। ਅਸੀਂ ਖਾਸ ਕਰਕੇ ਮੁਸਲਮਾਨ ਉਹਨੂੰ ਬੜਾ ਯਾਦ ਕਰਦੇ ਹਾਂ, ਬੜਾ ਯਾਦ ਕਰ, ਕਿਉਂਕਿ ਉਹ ਹਿਜਾਬ ਦੇ ਬੋਲਿਆ, ਹਿਜਾਬ ਤੇ ਬੋਲਿਆ ਸੀ, ਮੁਸਲਮਾਨਾਂ ਦੀ ਬੜੀ ਸਪੋਰਟ ਉਹਨੇ ਕੀਤੀ ਸੀ, ਤੇ ਇਸ ਕਰਕੇ ਸਾਡੇ ਵਾਸਤੇ ਵੀ ਉਹ ਬਹੁਤ ਇੱਕ ਸਮਝ ਲਓ ਵੱਡੀ ਸ਼ਖਸੀਅਤ ਹੈ ਸਾਡੇ ਵਾਸਤੇ। ਬਾਕੀ ਜੋ ਅਸੀਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਸਮਝ ਰਹੇ ਸੀ ਉਹ ਤੁਹਾਨੂੰ ਦੱਸਦਾ, ਬਾਕੀ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ ਹੈ, ਤੁਸੀਂ ਕਮੈਂਟ ਬੋਕਸ ਲਾਜ਼ਮੀ ਦੱਸੋ।